ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ channel ਦੇ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ channel ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੋ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਇਟਲੀ ਔਰ ਇਟਲੀ ਦੇ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਮਿਲਦੀ ਹੈ ਉਹ ਵੀ ਉਹ ਜਾਣਕਾਰੀ ਹੁੰਦੀ ਹੈ ਜਿਹੜੀ ਇੱਥੇ ਦੇ ਨਿਊਜ਼ਪੇਪਰ ਦੇ ਵਿੱਚ ਜਾਂ ਮੀਡੀਆ ਦੇ ਉੱਤੇ ਆਉਂਦੀ ਹੈ ਇਟਾਲੀਨੀ ਭਾਸ਼ਾ ਦੇ ਵਿੱਚ ਅਸੀਂ ਉਸ ਦਾ ਟ੍ਰਾਂਸਲੇਸ਼ਨ ਪੰਜਾਬੀ ਵਿੱਚ ਕਰਕੇ ਆਪਜੀ ਦੇ ਵਾਸਤੇ ਲੈ ਕੇ ਆਉਂਦੇ ਹਾਂ ਪਹਿਲੀ ਖਬਰ ਆਪਣੀ ਮਿਲਾਨ ਦੇ ਨਾਲ ਸੰਬੰਧਿਤ ਹੈ ਤੁਸੀਂ ਜਾਣਦੇ ਹੋ ਕਿ ਮਿਲਾਨ ਦੇ ਵਿੱਚ ਜਿੱਦਾਂ ਕਿ ਬਿਲਡਿੰਗ ਨੂੰ ਅੱਗ ਲੱਗੀ ਸੀ ਦੇ ਵਿੱਚ ਕੀ 70 ਜਿਹੜੀਆਂ ਫੈਮਲੀੀਆਂ ਰਹਿੰਦੀਆਂ ਸਨ ਉਹਨਾਂ ਫੈਮਲੀੀਆਂ ਬਾਰੇ ਤੁਹਾਨੂੰ ਦੱਸੀਏ ਇਹਨਾਂ ਫੈਮਲੀਜ਼ ਦਾ ਇਹ ਕਹਿਣਾ ਹੈ ਕਿ ਜਣੀ ਕਿ ਜਿੱਦਾਂ ਇੱਕ ਮੈਚ ਚੱਲਦਾ ਹੈ ਕਿਸੇ ਵੀ ਚੀਜ਼ ਦਾ ਮੈਚ ਹੁੰਦਾ ਅੱਧੇ ਪੌਣੇ ਘੰਟੇ ਦਾ ਮੈਚ ਹੁੰਦਾ ਹੈ ਉਹ ਕਹਿੰਦੀਆਂ ਨੇ ਕਿ ਸਾਡੇ ਨਾਲ ਵੀ ਇਵੇਂ ਹੀ ਹੋਇਆ ਹੈ ਇੱਕ ਮੈਚ ਹੋਇਆ ਹੈ ਅੱਧੇ ਘੰਟੇ ਦਾ ਜਿਹਦੇ ਵਿੱਚ ਕੀ ਅਸੀਂ ਸਭ ਕੁਝ ਜਿਹੜਾ ਜੀ ਹਾਰ ਚੁੱਕੇ ਹਾਂ ਸਾਡਾ ਸਭ ਕੁਝ ਜਿਹੜਾ ਖਤਮ ਹੋ ਚੁੱਕਾ ਹੈ ਇਸ ਅੱਧੇ ਘੰਟੇ ਦੇ ਮੈਚ ਦੇ ਵਿੱਚ ਅੱਗ ਲੱਗਣ ਦੇ ਨਾਲ ਸਾਰਾ ਕੁਝ ਜੋ ਵੀ ਸੀ ਖਤਮ ਹੋ ਚੁੱਕਾ ਹੈ ਉਹਨਾਂ ਦਾ ਲੋਕਾਂ ਦਾ ਫਰਨੀਚਰ ਲੋਕਾਂ ਦੇ ਘਰ-ਵਾਰ ਜੋ ਕੁਝ ਸੀ ਸਾਰਾ ਕੁਝ ਖਤਮ ਹੋ ਚੁੱਕਾ ਹੈ ਤੇ ਬਹੁਤ ਸਾਰੇ ਲੋਕਾਂ ਦੇ ਡਾਕੂਮੈਂਟ ਵਗੈਰਾ ਹੋਰ ਵੀ ਕਈ ਚੀਜ਼ਾਂ ਬਾਕੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਇਸ ਟਾਈਮ ਜਿੱਦਾਂ ਕੀ ਡਿਸਪਲੇਸ ਉਹਨਾਂ ਨੂੰ ਕਰ ਦਿੱਤਾ ਗਿਆ ਇਹਨਾਂ ਦੇ ਕੋਲ ਨਾ ਤਾਂ ਕੋਈ ਇਸ ਟਾਈਮ ਰਹਿਣ ਦੇ ਵਾਸਤੇ ਘਰ ਹੈ ਇਹਨਾਂ ਨੂੰ ਦੂਜੀ ਜਗ੍ਹਾ ਦੇ ਉੱਤੇ ਫਿਲਹਾਲ ਜਿਹੜਾ ਹੈ ਜੀ ਸੈਟਲ ਕੀਤਾ ਗਿਆ ਹੈ ਹੁਣ ਇਹ ਕਹਿੰਦੀਆਂ ਕਿ ਜਿਹੜੀ ਬਿਲਡਿੰਗ ਜਿਸ ਬਿਲਡਿੰਗ ਦੇ ਵਿੱਚ ਇਹ ਲੋਕ ਰਹਿ ਰਹੇ ਸਨ ਇਹ ਬਿਲਡਿੰਗ ਕੋਈ ਜ਼ਿਆਦਾ ਪੁਰਾਣੀ ਨਹੀਂ ਸੀ ਸਿਰਫ 10 ਸਾਲ ਪੁਰਾਣੀ ਬਿਲਡਿੰਗ ਸੀ ਇਹ ਬਿਲਡਿੰਗ ਜਿਹੜੀ ਧੂੰ ਧੂੰ ਕਰਕੇ ਕਿਵੇਂ ਇਸ ਤਰ੍ਹਾਂ ਜਲ ਸਕਦੀ ਹੈ ਇਹਦੇ ਵਾਸਤੇ ਉਹ ਕਹਿੰਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਬਾਕੀ ਇਹ ਵੀ ਪਤਾ ਲਗਾਉਣਾ ਚਾਹੀਦਾ ਹੈ ਕਿ ਜਿਹੜੀ ਅੱਗ ਲੱਗੀ ਹੈ ਕਿਸੇ ਗਲਤੀ ਦੇ ਨਾਲ ਲੱਗੀ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਅਗਲੀ ਖਬਰ ਜਿਹੜੀ ਆਪਣੀ ਸਸ ਤੋਂ ਸਾਨ ਜਵਾਨੀ ਦੇ ਨਾਲ ਸਬੰਧਤ ਹੈ ਮਿਲਾਨ ਦਾ ਇੱਕ ਏਰੀਆ ਪੈਂਦਾ ਹੈ ਇਹ ਜਿਹੜੀ ਦੁਰਘਟਨਾ ਹੋਈ ਹੈ ਜੀ ਇੱਕ ਸਾਈਕਲ ਜਿਸ ਰਸਤੇ ਉੱਤੇ ਸਾਈਕਲ ਚੱਲਦੇ ਨੇ ਸਾਈਕਲ ਪੈਥ ਜਿਹੜਾ ਹੁੰਦਾ ਹੈ ਉਹਦੇ ਉੱਤੇ ਜਿਹੜੀ ਘਟਨਾ ਹੋਈ ਹੈ ਤੁਸੀਂ ਇੱਥੇ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਇਟਲੀ ਦੇ ਵਿੱਚ ਬੱਚੇ ਵਗੈਰਾ ਜਿਹੜੇ ਹਨ ਜਦੋਂ ਸਾਈਕਲ ਵਗੈਰਾ ਵੀ ਚਲਾਉਂਦੇ ਜਾਂਦੇ ਹਾਂ ਤਾਂ ਉਹਨਾਂ ਦੇ ਸਿਰਾਂ ਦੇ ਉੱਤੇ ਇੱਕ ਹੈਲਮਟ ਹੁੰਦਾ ਹੈ ਉਹ ਵੱਖਰੀ ਗੱਲ ਹੈ ਕਿ ਜਿਹੜਾ ਹੈਲਮਟ ਹੁੰਦਾ ਹੈ ਪਲਾਸਟਿਕ ਦਾ ਹੁੰਦਾ ਹੈ ਤੇ ਛੋਟੇ ਸਾਈਜ਼ ਦੇ ਵਿੱਚ ਹੁੰਦਾ ਹੈ ਹੁਣ ਇੱਕ ਦੁਰਘਟਨਾ ਜਿਹੜੀ ਇੱਕ ਲੜਕੇ ਦੇ ਨਾਲ ਹੋਈ ਹੈ ਬਹੁਤ ਮਾੜੀ ਘਟਨਾ ਹੋਈ 13 ਸਾਲ ਦਾ ਇੱਕ ਬੱਚਾ ਜਿਹੜਾ ਕਿ ਇੱਕ ਇਲੈਕਟ੍ਰੋਨਿਕ ਸਕੂਟਰ ਤੁਸੀਂ ਜਾਣਦੇ ਹੋਵੋ ਕਿ ਜਿਨ੍ਹਾਂ ਦੇ ਉੱਤੇ ਬੱਚੇ ਪੈਰ ਰੱਖ ਕੇ ਆਪਣੇ ਜਿੱਦਾਂ ਕਿ ਸ਼ਹਿਰਾਂ ਦੇ ਵਿੱਚ ਚੱਲਦੇ ਹਨ ਜਾਂ ਪਿੰਡਾਂ ਦੇ ਵਿੱਚ ਜਾਂ ਮਾਰਕੀਟਾਂ ਦੇ ਵਿੱਚ ਇੱਕ ਇਲੈਕਟ੍ਰੋਨਿਕ ਸਕੂਟਰ ਇਸ ਨੂੰ ਕਿਹਾ ਜਾਂਦਾ ਹੈ ਇਸ ਬੱਚੇ ਨੇ ਕੀ ਕੀਤਾ ਕਿ ਆਪਣੇ ਇੱਕ ਦੋਸਤ ਦੇ ਕੋਲੋਂ ਇਹ ਜਿਹੜਾ ਇਲੈਕਟ੍ਰਿਕ ਸਕੂਟਰ ਸੀ ਇਹ ਧਾਰ ਮੰਗਿਆ ਤੇ ਉਸ ਦੇ ਉੱਤੇ ਇਸ ਨੇ ਰਾਈਡ ਕੀਤੀ। ਤੋਂ ਉਸ ਤੋਂ ਬਾਅਦ ਜਿਹੜਾ ਸਾਈਕਲ ਪੈਥ ਸੀ ਜਿਹੜਾ ਕਿ ਵਿਆਲੇ ਐਂਟੋਨੀਓ ਗਰਾਮਚੀ ਇਹਦੇ ਉੱਤੇ ਜਾ ਕੇ ਆਪਣੀ ਡਰਾਈਵਿੰਗ ਵਗੈਰਾ ਕਰ ਰਿਹਾ ਹੈ। ਬਾਕੀ ਇਥੇ ਤੁਹਾਨੂੰ ਇਹ ਦੱਸ ਜੀ ਕਿ ਇਸ 13 ਸਾਲ ਦੇ ਬੱਚੇ ਨੇ ਜਿਹੜਾ ਸਿਰ ਤੇ ਹੈਲਮਟ ਬਿਲਕੁਲ ਨਹੀਂ ਪਾਇਆ ਹੋਇਆ ਸੀ ਤੇ ਇਸ ਨੇ ਆਪਣੇ ਦੋਸਤ ਕੋਲੋਂ ਜਿਸ ਕੋਲ ਉਧਾਰ ਮੰਗਿਆ ਸਕੂਟਰ ਉਧਾਰ ਮੰਗ ਕੇ ਇਸ ਨੇ ਪਹਿਲੀ ਵਾਰ ਇਸ ਸਕੂਟਰ ਨੂੰ ਟ੍ਰਾਈ ਕੀਤਾ। ਇਸ ਦਿਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਪਹਿਲੀ ਵਾਰ ਵਿੱਚ ਜਿਹੜਾ ਹਾਦਸਾ ਹੋ ਗਿਆ ਤੇ ਹਾਦਸੇ ਦੇ ਵਿੱਚ ਇਸ ਬੱਚੇ ਦੀ ਜਿਹੜੀ ਜਾਨ ਹੈ ਜੀ ਉਹ ਚਲੀ ਜਾਂਦੀ ਹੈ ਚਲਦੇ ਹਾਂ ਆਪਣੀ ਦੂਸਰੀ ਖਬਰ ਤੇ ਪਰ ਦੂਸਰੀ ਖਬਰ ਜਿਹੜੀ ਆਪਣੀ ਇਟਲੀ ਦੇ ਨਾਲ ਸੰਬੰਧਿਤ ਹੈ 58 ਸਾਲਾ ਸ਼ਖਸ ਦੇ ਨਾਲ ਜਿਹੜਾ ਕਿ ਇੱਕ ਪੁਲਿਸਮੈਨ ਸੀ ਪੁਲਿਸ ਦੇ ਵਿੱਚ ਕਾਂਸਟੇਬਲ ਸੀ 58 ਸਾਲ ਦੀ ਉਸ ਦੀ ਉਮਰ ਸੀ ਜਿਸ ਦੀ ਕਿ ਡੈਥ ਹੋ ਜਾਂਦੀ ਹੈ ਇਹ ਜਿਹੜਾ ਪੁਲਿਸਮੈਨ ਜਿਹੜਾ ਕਿ ਸਰਕਾਰੀ ਮੁਲਾਜ਼ਮ ਸੀ ਪਦਵਾ ਮੋਬਾਈਲ ਡਿਪਾਰਟਮੈਂਟ ਜਿਹੜਾ ਕਿ ਹੈ ਇਹਦੇ ਵਿੱਚ ਇਹ ਜਿਹੜੀ ਮੌਤ ਹੁੰਦੀ ਹੈ ਜੀ ਜਦੋਂ ਕੰਪਲਿਕੇਸ਼ਨ ਹੁੰਦੀਆਂ ਹਨ ਕੋਵਿਡ ਦੀਆਂ ਇਸ ਦੀ وجہ ਦੇ ਨਾਲ ਜਿਹੜੀ ਮੌਤ ਹੁੰਦੀ ਹੈ ਹੋਇਆ ਇਸ ਤਰ੍ਹਾਂ ਕਿ ਜਿਹੜਾ ਪੁਲਿਸਮੈਨ ਸੀ ਜੀ ਇਹ ਕਾਰਬਨਰੀ ਦਾ ਬੰਦਾ ਆਪਣੇ ਜੁਲਾਈ ਦੇ ਵਿੱਚ ਇਸ ਦਾ ਜਿਹੜਾ ਹੈ ਜੀ ਵਾਇਰਸ ਨਾਲ ਆਮਣਾ ਸਾਹਮਣਾ ਹੁੰਦਾ ਹੈ ਇਸ ਦੀ ਡਿਊਟੀ ਇੱਕ ਹੌਟਸਪੌਟ ਤੇ ਲੱਗੀ ਹੋਈ ਸੀ ਤ੍ਰਾਂਟੋ ਦੇ ਵਿੱਚ ਟੈਂਪਰੇਰੀ ਸਰਵਿਸ ਸੀ ਉਸ ਜਗ੍ਹਾ ਤੇ ਉੱਤੇ ਸੀ ਜਿਹੜੀ ਡਿਊਟੀ ਲੱਗੀ ਹੋਈ ਸੀ ਜਿਹਦੇ ਵਿੱਚ ਕੀ 300 ਮਾਈਗ੍ਰੈਂਟ ਜਿਹੜੇ ਲੋਕ ਸਨ ਉਹਨਾਂ ਨੂੰ ਰੱਖਿਆ ਗਿਆ ਸੀ ਤੇ ਉਸ ਜਗ੍ਹਾ ਤੇ ਉੱਤੇ ਕੀ ਹੁੰਦਾ ਹੈ ਕਿ ਇੱਕ ਆਊਟ ਬ੍ਰੇਕ ਹੁੰਦਾ ਹੈ ਕਰੋਨਾ ਦਾ ਇਹਦੇ ਵਿੱਚ 33 ਲੋਕ ਜਿਹੜੇ ਹਨ ਪੋਜ਼ੀਟਿਵ ਪਾਈ ਜਾਂਦੇ ਹਨ ਉਸ ਦੇ ਵਿੱਚ ਇਹ ਜਿਹੜਾ ਬੰਦਾ ਸੀ ਜਿਸ ਨੂੰ ਵੀ ਜਿਹੜਾ ਸਿੰਪਟਮ ਦੀਆਂ ਨਿਸ਼ਾਨੀਆਂ ਇਸ ਵਿੱਚ ਮਿਲਦੀਆਂ ਹਨ ਤੇ ਇਨਫੈਕਸ਼ਨ ਦੇ ਕਾਬੂ ਦੇ ਵਿੱਚ ਪੁਲਿਸਮੈਨ ਆ ਜਾਂਦਾ ਹੈ ਇਸ ਤੋਂ ਬਾਅਦ ਇਸ ਸ਼ਖਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਹੁਣ ਇਸ ਦੀ ਡੈਥ ਹੋ ਜਾਂਦੀ ਹੈ ਬਾਕੀ ਜੀ ਹੁਣ ਅਪ ਇਟਲੀ ਦੇ ਵਿੱਚ ਕੇਸਿਸ ਵਗੈਰਾ ਦੇਖੀ ਜਿਹੜੇ ਕੇਸ ਘਟੇ ਹਨ ਤੇ ਇਸ ਤੋਂ ਇਲਾਵਾ ਜਿਹੜੀ ਮਰਨ ਵਾਲੇ ਦੀ ਗਿਣਤੀ ਵਧੀ ਹੈ ਇੱਕ ਚੰਗੀ ਖ਼ਬਰ ਤੇ ਇੱਕ ਮਾੜੀ ਖ਼ਬਰ ਜਿੱਦਾਂ ਕਿ ਕੇਸ ਜਿਹੜੇ ਹਨ 4257 ਕੇਸ ਆਏ ਹਨ ਕੇਸ ਘਟ ਚੁੱਕੇ ਹਨ ਪਰੰਤੂ ਮਰਨ ਵਾਲੇ ਦੀ ਜਿਹੜੀ ਗਿਣਤੀ ਹੈ ਜੀ 53 ਤੇ ਪਹੁੰਚ ਚੁੱਕੀ ਹੈ ਬਾਕੀ ਆਸਟ੍ਰੇਲੀਆ ਦੀ ਗੱਲ ਕਰੀ ਤਸਚੀਲੀਓ ਜਿਹੜਾ ਹੈ ਜੀ ਕੱਲ ਤੋਂ ਤੁਹਾਨੂੰ ਪਤਾ ਹੈ yellow zone ਦੇ ਵਿੱਚ ਆ ਚੁੱਕਾ ਹੈ ਅੱਜ ਜਿੱਦਾਂ ਕਿ ਮੰਗਲਵਾਰ ਹੋ ਚੁੱਕਾ ਹੈ ਤਸਚੀਲੀਆ ਸੋਮਵਾਰ ਤੋਂ yellow zone ਦੇ ਵਿੱਚ ਆ ਚੁੱਕਾ ਹੈ ਬਾਕੀ ਜੀ ਇਟਲੀ ਦੀ ਤਾਸੋ ਦੀ ਪੋਜ਼ਿਟਿਵ ਤੇ ਗੱਲ ਕਰ ਲਈਏ 3.9 ਦੇ ਉੱਪਰ ਆ ਚੁੱਕੀ ਹੈ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਤੇ ਅਗਲੀ ਖਬਰ ਜਿਹੜੀ ਹੈ ਜੀ ਇੱਥੋਂ ਦੇ ਜਿਹੜੇ ਮਿਨਿਸਟਰ ਫੋਰ ਮਿਨਿਸਟਰ ਲੁਈਜੀ ਦੀ ਮਾਈਓ ਇਟਲੀ ਇਹਨਾਂ ਦਾ ਜਿਹੜਾ ਇੱਕ ਬਿਆਨ ਸਾਹਮਣੇ ਆਇਆ ਇਨ ਸਟੇਟਮੈਂਟ ਦਿੱਤੀ ਹੈ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਜਾਂ ਤਾਂ ਜਿਹੜੇ ਸਾਡੇ ਕੋਲ ਗ੍ਰੀਨ ਪਾਸ ਹੋਣੇ ਚਾਹੀਦੇ ਹਨ ਤੇ ਸਾਡੇ ਕੋਲ ਜਿਹੜਾ ਹੈ ਜੀ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਤੇ ਜਿਹੜੀ ਟੀਕੇ ਲੋਕਾਂ ਦੀ ਲੱਗੀ ਹੋਣੀ ਚਾਹੀਦੀ ਹੈ ਜਾਂ ਫਿਰ ਜਿਹੜਾ ਹੈ ਜੀ ਸਾਨੂੰ ਆਪਣਾ ਬਿਜ਼ਨਸ ਬੰਦ ਕਰ ਦੇਣਾ ਚਾਹੀਦਾ ਹੈ ਜਿਹਦੇ ਵਿਚਲਾ ਯਾਨੀ ਕਿ ਗਵਲਾ ਰਸਤਾ ਜਿਹਨੂੰ ਅਪਰ ਮਿਡਲ ਰਸਤਾ ਕਹਿ ਸਕਦੇ ਆ ਉਹ ਕੋਈ ਨਹੀਂ ਹੈ ਇਹ ਜਿਹੜਾ ਬਿਆਨ ਉਹਨਾਂ ਨੇ ਇਸ ਕਰਕੇ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਇਸ ਟਾਈਮ ਬਹੁਤ ਸਾਰੇ ਇਨਲੀਟਿਜ਼ ਵਿੱਚ ਫਾਰਮਾ ਵਗੈਰਾ ਫੈਲ ਰਹੀਆਂ ਹਨ ਗ੍ਰੀਨ ਪਾਸ ਦੇ ਉੱਪਰ ਕੋਈ ਕਹਿੰਦਾ ਹੈ ਕਿ ਇਸ ਨੂੰ ਜਿਹੜਾ ਐਕਸਟੈਂਡ ਕਿਉਂ ਕੀਤਾ ਜਾ ਰਿਹਾ ਹੈ ਬਹੁਤ ਲੋਕ ਜਿਹੜੇ ਹਨ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਪਰੰਤੂ ਉਹਨਾਂ ਨੇ ਜਿਹੜਾ ਕਲੀਅਰ ਇਸ ਦੇ ਉੱਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਜੇ ਦ ਆਪਾਂ ਸਾਇੰਸ ਦੇ ਨਜ਼ਰੀਏ ਨਾਲ ਵੀ ਦੇਖੀਏ ਤੇ ਜਿਹੜੇ ਐਕਸਪਰਟ ਹਨ ਉਹਨਾਂ ਦੀ ਆਪਾਂ رائے ਵੀ ਮੰਨੀਏ ਤਾਂ ਇਸੇ ਵਿੱਚ ਪੂਰੀ ਗੱਲ ਜਿਹੜੀ ਹੈ ਜੋ ਕਲੀਅਰ ਉਹਨਾਂ ਨੇ ਕਰ ਦਿੱਤੀ ਹੈ ਕਿ ਬਿਨਾ ਗ੍ਰੀਨ ਪਾਸ ਤੋਂ ਜਿਹੜੀਆਂ ਸ਼ਾਪਸ ਵਗੈਰਾ ਹੋਣਗੀਆਂ ਬਿਜ਼ਨਸ ਹੋਣਗੇ ਇਥੇ ਬਿਜ਼ਨਸ ਦੇ ਵਿੱਚ ਮਤਲਬ ਇਹ ਹੈ ਕਿ ਹੋ ਸਕਦਾ ਫੈਕਲਟੀਆਂ ਵਗੈਰਾ ਜਿਹੜੀਆਂ ਹਨ ਅਗਰ ਕੀਪਾਸ ਕਿਸੇ ਦੇ ਕੋਲ ਨਹੀਂ ਹੈ ਤਾਂ ਉਸ ਨੂੰ ਵੀ ਉਹ ਕਹਿੰਦੇ ਹਨ ਕਿ ਬੰਦ ਕੀਤਾ ਜਾ ਸਕਦਾ ਹੈ ਅਗਰ ਬੰਦ ਕਰਦੇ ਹਾਂ ਤੇ ਦੇ ਨਾਲ ਕੀ ਹੋਏਗਾ ਕਿ ਜਿਹੜੀ ਗ੍ਰੋਥ ਹੈ ਡਵੈਲਪਮੈਂਟ ਹੈ ਕੰਟਰੀ ਦੀ ਉਸ ਦੇ ਉੱਤੇ ਜਿਹੜਾ ਪ੍ਰਭਾਵ ਪਵੇਗਾ ਤੇ ਇਸ ਕਰਕੇ ਉਹਨਾਂ ਨੇ ਦੱਸਿਆ ਹੈ ਕਿ ਗ੍ਰੀਨ ਪਾਸ ਜਿਹੜਾ ਹੈ ਇਹ ਜ਼ਰੂਰੀ ਹੈ ਸਾਰਿਆਂ ਦੇ ਵਾਸਤੇ ਬਾਕੀ ਤੁਸੀਂ ਜਾਣ ਜੋ ਕਿ ਇਟਲੀ ਦੇ ਵਿੱਚ ਸਚੀਲੀਆ ਜਿਹੜਾ ਹੈ ਇਹ ਇਟਲੀ ਦੀ ਪਹਿਲੀ ਇੰਸਟੀਟਿਊਟ ਬਣ ਚੁੱਕੀ ਹੈ ਜਿਸ ਨੇ ਕਿ ਦੁਆਰਾ ਜਿਹੜਾ ਬੈਟ ਜ਼ੋਨ ਤੋਂ ਬਾਅਦ 옐ੋ ਜ਼ੋਨ ਦੇ ਵਿੱਚ ਐਂਟਰੀ ਕੀਤੀ ਹੈ ਮੁਲੀ ਚੰਗੀ ਖਬਰ ਨਹੀਂ ਹੈ ਅਸਟ੍ਰੇਲੀਆ ਦੇ ਲੋਕਾਂ ਦੇ ਵਾਸਤੇ ਇਸ ਤੋਂ ਇਲਾਵਾ ਦੋ ਹੋਰ ਸਟੇਟਾਂ ਇਹੋ ਜਿਹੀਆਂ ਹਨ ਜਿਹੜੀਆਂ ਕਿ yellow zone ਦੇ ਵਿੱਚ ਆ ਸਕਦੀਆਂ ਹਨ ਕਿਉਂਕਿ ਜਿਹੜੀ ਗਵਰਨਮੈਂਟ ਹੈ ਜੀ ਨੰਬਰਾਂ ਦੀ ਖੇਡ ਖੇਡ ਰਹੀ ਹੈ ਇਹਦੇ ਵਿੱਚ ਬਕਾਇਦਾ ਜਿਹੜੇ ਡਾਟਾ ਆਉਂਦਾ ਹੈ ਤੇ ਪਰਸੈਂਟੇਜ ਦੇਖੀ ਜਾਂਦੀ ਹੈ ਜਿੱਦਾਂ ਕਿ ਹਸਪਤਾਲਾਂ ਦੇ ਵਿੱਚ ਆਈ ਸੀ ਯੂ ਦੇ ਵਿੱਚ ਇਹਨਾਂ ਨੇ ਪਰਸੈਂਟੇਜ ਖੁੱਦ ਰੱਖੀ ਹੋਈ ਹੈ ਉਹਦੇ ਵਿੱਚ ਅਗਰ ਕੋਈ ਸਟੇਟ ਜਿਹੜੀ ਉਸ ਲੈਵਲ ਤੇ ਪਹੁੰਚਦੀ ਹੈ ਤਾਂ ਉਸ ਨੂੰ ਜਿਹੜਾ ਹੈ ਜੀ ਰੰਗ ਚੇਂਜ ਉਸਤਾ ਕਰ ਦਿੱਤਾ ਜਾਂਦਾ ਹੁਣ ਅਸਟ੍ਰੇਲੀਆ ਤੋਂ ਇਲਾਵਾ ਦੋ ਹੋਰ ਸਟੇਟਾਂ ਹਨ ਜਿਨ੍ਹਾਂ ਦੇ ਜਿਹੜੇ ਰੰਗ ਹਨ ਉਹ ਚੇਂਜ ਹੋ ਸਕਦੇ ਹਨ ਹੋ ਸਕਦਾ ਹੈ ਕਿ ਬਹੁਤ ਜਿਹੜੀ ਜਲਦੀ ਹੈ ਜਿਨ੍ਹਾਂ ਤੇ ਛਾਪੋਂ ਰੰਗ ਚੇਂਜ ਹੋ ਜਾਣ ਅਗਲੇ ਹਫਤੇ ਵੀ ਇਹ ਕੰਮ ਜਿਹੜਾ ਹੋ ਸਕਦਾ ਹੈ ਇਹ ਜਿਹੜੀਆਂ ਸਟੇਟਾਂ ਦੇ ਨਾਮ ਤੁਹਾਨੂੰ ਅਸੀਂ ਦੱਸ ਰਹੇ ਹਾਂ ਇਹਦੇ ਵਿੱਚ ਇਟਲੀਆ ਨੰਬਰ 1 ਤੇ ਹੋ ਚੁੱਕਾ ਹੈ ਜਿਸ ਦੇ ਕਲਰ ਚੇਂਜ ਹੋਨੇ ਨੇ ਦੂਸਰੇ ਨੰਬਰ ਤੇ ਸਰਦੀਨੀਆਂ ਇਹਦਾ ਜਿਹੜਾ ਕਲਰ ਹੈ ਜੀ ਚੇਂਜ ਹੋਣ ਦੀ ਪੂਰੀ ਪੂਰੀ ਸੰਭਾਵਨਾ ਬਣ ਸਕਦੀ ਹੈ ਤੇ ਇੱਕ ਸਟੇਟ ਕਲਾਬਰੀਆ ਇਸ ਦੇ ਬਾਰੇ ਵੀ ਜਿਹੜਾ ਹੈ ਜੀ ਇਸ ਦਾ ਜਿਹੜਾ ਡਾਟਾ ਹੈ ਥੋੜਾ ਜਿਆਦਾ ਅਨ ਬੈਲੈਂਸ ਹੋ ਚੁੱਕਾ ਹੈ ਤੇ ਇਸ ਨੂੰ ਜਿਹੜਾ ਹੈ ਜੀ yellow zone ਵਾਲੇ ਪਾਸੇ ਨੂੰ ਧੱਕਾ ਦੇ ਰਿਹਾ ਹੈ ਪਰੰਤੂ ਅਜੇ ਤੱਕ ਇਹ yellow zone ਦੇ ਵਿੱਚ ਦੋਨੇ ਸਟੇਟਾਂ ਆਈਆਂ ਨਹੀਂ ਹਨ ਜਦੋਂ ਆਉਣਗੀਆਂ ਤੁਹਾਨੂੰ ਇਸ ਦੇ ਬਾਰੇ ਦੱਸਾਂਗੇ ਬਾਕੀ ਜਿਹਨਾਂ ਲੋਕਾਂ ਨੇ ਵੈਕਸਿਨ ਜਿਹੜੀ ਹੈ ਫਾਈਜ਼ਰ ਦੀ ਵੈਕਸਿਨ ਲਗਵਾਈ ਉਹਨਾਂ ਦੇ ਵਾਸਤੇ ਇੱਕ ਜਿਹੜੀ ਹੋਰ ਖਬਰ ਆਈ ਹੈ ਸਾਹਮਣੇ ਇਸ ਖਬਰ ਵਿੱਚ ਜਿਹੜਾ ਹੈ ਜੀ ਕਾਫੀ ਉਹਨਾਂ ਨੇ ਇਸ ਦੇ ਉੱਤੇ ਰਿਸਰਚ ਕੀਤੀ ਹੈ ਕਾਫੀ ਸਮਾਂ ਜਿਹੜੀ ਇਸ ਦੇ ਉੱਤੇ ਪੈਣੀ ਨਜ਼ਰ ਰੱਖੀ ਹੈ ਡਾਟਾ ਇਕੱਠਾ ਕੀਤਾ ਹੈ ਲੋਕਾਂ ਦਾ ਤੇ ਉਸ ਤੋਂ ਬਾਅਦ ਜਿਹੜੀ ਰਿਸਰਚ ਪੇਪਰ ਸੀ ਸਾਹਮਣੇ ਲੋਕਾਂ ਦੇ ਲਿਆਂਦਾ ਹੈ ਇਦੇ ਵਿੱਚ ਇਜ਼ਰਾਈਲ ਦੇ ਵਿੱਚ ਜਿਹੜਾ ਹੈ ਜੀ ਸਰਚ ਕੀਤੀ ਗਈ ਹੈ ਜਿੱਦਾਂ ਕਿ ਤੁਹਾਨੂੰ ਇਹ ਦੱਸ ਦਈਏ ਕਿ ਜੋ ਤੁਸੀਂ ਜਿਹੜੀ ਫਾਈਜ਼ਰ ਦੀ ਵੈਕਸੀਨ ਹੁੰਦੀ ਹੈ ਇਸ ਦੀ ਦੂਜੀ ਡੋਜ਼ ਸਾਡੇ ਲੱਗਦੀ ਹੈ ਤਾਂ ਉਸ ਤੋਂ ਇੱਕ ਹਫ਼ਤੇ ਬਾਅਦ ਦੂਜੀ ਡੋਜ਼ ਲੱਗਣ ਤੋਂ ਇੱਕ ਹਫ਼ਤੇ ਬਾਅਦ ਜਿਹੜੀ ਇਸ ਦੀ ਇਫੈਕਟਿਵਨੈਸ ਹੁੰਦੀ ਹੈ ਉਹ 95% ਤੱਕ ਪਹੁੰਚ ਜਾਂਦੀ ਹੈ ਆਪਣੇ ਪੀਕ ਦੇ ਉੱਪਰ ਪਹੁੰਚ ਜਾਂਦੀ ਹੈ ਮਤਲਬ ਉਸ ਟਾਈਮ ਕਾਫੀ ਜਿਹੜੀ ਸੀ ਪ੍ਰੋਟੈਕਸ਼ਨ ਹੁੰਦੀ ਹੈ 100% ਉਸ ਟਾਈਮ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਵੈਕਸੀਨ ਲਗਵਾ ਕੇ ਜਿਹੜੀ ਲੋਕਾਂ ਨੂੰ ਪੋਜ਼ਿਟਿਵ ਵੀ ਹੋ ਸਕਦੇ ਹਨ ਤੇ ਬਿਮਾਰ ਵੀ ਹੋ ਸਕਦੇ ਹਨ ਪਰੰਤੂ ਜਿਹੜੀ ਇੱਕ ਰਿਸਰਚ ਹੋਈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਵੈਕਸੀਨ ਲਗਵਾਉਣ ਤੋਂ ਕੁਝ ਮਹੀਨੇ ਬਾਅਦ ਜਿਹੜੀ ਇਸ ਦੀ ਇਫੈਕਟਿਵਨੈਸ ਹੁੰਦੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜੀ ਇਜ਼ਰਾਈਲ ਦੀ ਸਟੱਡੀ ਹੋਈ ਉਹਦੇ ਵਿੱਚ ਦੱਸਿਆ ਗਿਆ ਹੈ ਇਹਦੇ ਵਾਸਤੇ ਹੁਣ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਜਿਹੜੀ ਤੀਸਰੀ ਡੋਜ਼ ਹੈ ਜਿਉ ਇਸੇ ਕਰਕੇ ਲੋਕਾਂ ਨੂੰ ਲਗਾਈ ਜਾਏਗੀ ਬਹੁਤੇ ਲੋਕ ਤੀਸਰੀ ਡੋਜ਼ ਲਗਵਾਉਣ ਦੇ ਹੱਕ ਦੇ ਵਿੱਚ ਹਨ ਜਿਹੜੇ ਲਗਵਾ ਚੁੱਕੇ ਹਨ ਪਹਿਲਾਂ ਉਹਨਾਂ ਨੂੰ ਹੁਣ ਇਸ ਤੋਂ ਜਿਹੜਾ ਕੋਈ ਵੀ ਡਰ ਵਗੈਰਾ ਨਹੀਂ ਲੱਗਦਾ ਬਾਕੀ ਫਲਾਈਟਸ ਜਿਹੜੀਆਂ ਇਟਲੀ ਇੰਡੀਆ ਦੀਆਂ ਫਲਾਈਟਸ ਵਗੈਰਾ ਹਨ ਤੁਸੀਂ ਇਹਨਾਂ ਦੇ ਵਾਸਤੇ ਜੋ ਫਲਾਈਟ ਵਗੈਰਾ ਲੈਣੀ ਹੈ ਜੋ ਟਾਈਮ ਟੇਬਲ ਦੇਖਣਾ ਹੈ ਸਾਡੇ ਹਿਸਾਬ ਦੇ ਨਾਲ ਜਿਹੜੀ ਸਹੀ ਜਾਣਕਾਰੀ ਤੁਹਾਨੂੰ ਜਿਹੜੀਆਂ ਹਿੰਦੀਆਂ ਟ੍ਰੈਵਲ ਏਜੰਸੀਜ਼ ਵਗੈਰਾ ਹਨ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਫਲਾਈਟ ਵਗੈਰਾ ਤਾਂ ਖੁੱਲ ਚੁੱਕੀਆਂ ਹਨ ਫਿਲਹਾਲ ਜਿਹੜੀਆਂ ਤੇ ਜਿੰਨਾ ਸਮਾਂ ਵੀ ਖੁੱਲੀਆਂ ਹੋਈਆਂ ਹਨ ਜਿੰਨਾ ਜਿੰਨਾ ਲੋਕਾਂ ਦੇ ਵਾਸਤੇ ਖੁੱਲੀਆਂ ਹਨ ਤੁਸੀਂ ਅਗਰ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਤਾਂ ਟ੍ਰੈਵਲ ਏਜੰਸੀ ਜਿਸ ਤੇ ਤੁਹਾਨੂੰ ਵਿਸ਼ਵਾਸ ਹੋਵੇ ਤੁਸੀਂ ਉਹਨਾਂ ਦੇ ਕੋਲੋਂ ਸਾਡੇ ਸਾਹ ਦੇ ਨਾਲ ਤੇਹੀ ਹੈ ਕਿ ਤੁਸੀਂ ਜਾਣਕਾਰੀ ਪੂਰੀ ਲਵੋ ਕਿਉਂਕਿ ਜਿਹੜੀ ਸਹੀ ਜਾਣਕਾਰੀ ਜਿਸ ਦਾ ਬੰਦਿਆ ਜਿਹੜਾ ਬਿਜ਼ਨਸ ਹੁੰਦਾ ਹੈ ਉਸ ਦੇ ਕੋਲ ਪੂਰੀ ਜਾਣਕਾਰੀ ਹੁੰਦੀ ਹੈ ਉਹ ਤੁਹਾਨੂੰ ਇਸ ਦੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਸਕਦੇ ਹਨ ਤੇ ਬਾਕੀ ਕਿਸੇ ਵੀ ਧੋਖੇ ਧੋਖੇ ਜਿਹੜੀ ਖੁਆਈ ਤੋਂ ਬਚਣ ਦੇ ਵਾਸਤੇ ਜਿਹੜੀ ਗੱਲ ਹੈ ਜੀ ਕਲੈਰੀਫਿਕੇਸ਼ਨ ਜਿਹੜੀ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਬਾਕੀ ਤੁਸੀਂ ਵੀਡੀਓ ਦੇਖੀ ਇਸਦੇ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਧੰਨਵਾਦ